ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਤੇਜਵੰਤ ਸਿੰਘ ਚੱਬਾ। ਪੰਜਾਬੀ ਲਹਿਰ ਸਾਂਝਾ ਦੇ ਲਈ ਲੈ ਕੇ ਆਇਆ ਹਾਂ ਪ੍ਰੋਗਰਾਮ ਇਬਾਦਤ ਗਾਹਾਂ। ਦੋਸਤੋ, ਪ੍ਰੋਗਰਾਮ ਇਬਾਦਤ ਗਾਹਾਂ ਦੇ ਵਿੱਚ ਜਿਵੇਂ ਕਿ ਇਹਦੇ ਨਾਂ ਤੋਂ ਹੀ ਜ਼ਾਹਿਰ ਹੈ, ਅਸੀਂ ਉਹਨਾਂ ਜਗ੍ਹਾ ਦੀ ਗੱਲ ਕਰਦੇ ਹਾਂ, ਉਹਨਾਂ ਮਸਜਿਦਾਂ ਦੀ ਗੱਲ ਕਰਦੇ ਹਾਂ, ਉਹਨਾਂ ਇਬਾਦਤ ਗਾਹਾਂ ਦੀ ਗੱਲ ਕਰਦੇ ਹਾਂ, ਉਹਨਾਂ ਦਰਗਾਹਾਂ ਦੀ ਗੱਲ ਕਰਦੇ ਹਾਂ ਜਿੱਥੇ ਆ ਕੇ ਸਿਜਦਾ ਕੀਤਾ ਜਾਂਦਾ ਹੈ। ਅੱਲਾਹ ਦਾ ਉਹ ਘਰ, ਰੱਬ ਦਾ ਉਹ ਘਰ ਜਿੱਥੇ ਬਹਿ ਕੇ ਸਕੂਨ ਮਿਲਦਾ ਹੈ ਅਤੇ ਜਿੱਥੇ ਬਹਿ ਕੇ ਬੰਦਿਸ਼ ਕੀਤੀ ਜਾਂਦੀ ਹੈ। ਇਸੇ ਸਿਲਸਿਲੇ ਦੇ ਵਿੱਚ ਅੱਜ ਅਸੀਂ ਆਏ ਹਾਂ ਜੀ ਪਿੰਡ ਕਾਮਲ ਵਾਲਾ, ਜਿਹੜਾ ਕਿ ਫਿਰੋਜ਼ਪੁਰ ਦੇ ਨਜ਼ਦੀਕ ਹੈ, ਮਖੂ ਫਿਰੋਜ਼ਪੁਰ ਸੜਕ 'ਤੇ ਜਾਂਦਿਆਂ ਹੋਇਆਂ, ਔਰ ਇੱਥੇ ਇੱਕ ਸਾਨੂੰ ਦੀਦਾਰ ਹੁੰਦੇ ਨੇ ਇੱਕ ਉਸ ਮਸਜਿਦ ਦੇ, ਉਸ ਇਬਾਦਤਗਾਹ ਦੀ ਜਿਹੜੀ ਕਿ 47 ਤੋਂ ਇੱਥੇ ਹੀ ਆਪਣੇ ਹੋਂਦ ਨੂੰ ਬਣਾ ਕੇ ਬੈਠੀ ਹੋਈ ਹੈ। ਆਓ ਵੇਖਦੇ ਹਾਂ ਮਸਜਿਦ ਦੇ ਅੰਦਰ ਕੀ ਹੈ, ਆਸੇ ਪਾਸੇ ਕੀ ਹੈ, ਔਰ ਕਿਸ ਜਗ੍ਹਾ 'ਤੇ ਅਸੀਂ ਅੱਜ ਖਲੋਤੇ ਹਾਂ, ਉੱਥੋਂ ਦਾ ਇਤਿਹਾਸ ਕੀ ਹੈ। ਜੀ ਹਾਂ, ਜੋ ਸਮਝੇ ਮਹਿਰਮ ਕਦੀ ਦਿਲ ਦੇ ਸਨ, ਹੁਣ ਜਦ ਕਦੀ ਵੀ ਮਿਲਦੇ ਹਨ ਤਲਵਾਰ ਨਾਲ, ਸੰਗੀਨ ਨਾਲ ਜਾਂ ਕਲਮ ਦੀ ਨੋਕ ਮਹੀਨ ਦੇ ਨਾਲ, ਖਿੱਚਦੇ ਇੱਕ ਲਕੀਰ ਬਰੀਕ ਜਿਹੀ ਮੇਰੇ ਦਿਲ ਵਿੱਚੋਂ ਉੱਠਦੀ ਚੀਕ ਜਿਹੀ। ਜੀ ਹਾਂ ਜਨਾਬ, ਇਹ ਉਹੀ ਉਹ ਚੀਕ ਹੈ ਜਿਹੜੀ 47 ਦੇ ਵੇਲੇ ਪੰਜਾਬ ਦੇ ਹਿੱਕ ਦੇ ਉੱਤੇ, ਛਾਤੀ ਦੇ ਉੱਤੇ ਖਿੱਚੀ ਗਈ ਸੀਗੀ। ਚੜ੍ਹਦਾ ਪੰਜਾਬ ਅਤੇ ਲਹਿੰਦਾ ਪੰਜਾਬ ਬਣ ਗਿਆ, ਹੋਂਦ ਵਿੱਚ ਆ ਗਿਆ, ਅਤੇ ਇਹਦੇ ਨਾਲ ਹੀ ਵੰਡੇ ਗਏ ਸਾਡੇ ਉਹ ਧਾਰਮਿਕ ਸਥਲ, ਉਹ ਧਾਰਮਿਕ ਥਾਵਾਂ, ਉਹ ਭਾਵੇਂ ਮਸਜਿਦਾਂ ਸਨ, ਉਹ ਭਾਵੇਂ ਗੁਰਦੁਆਰੇ ਸਨ। ਖਾਸ ਕਰਕੇ ਗੱਲ ਕਰਦੇ ਹਾਂ ਉਹਨਾਂ ਧਾਰਮਿਕ ਸਥਾਨਾਂ ਦੀ, ਉਹਨਾਂ ਮਸਜਿਦਾਂ ਦੀ, ਉਹਨਾਂ ਮਸੀਤਾਂ ਦੀ, ਜੋ ਪਿੰਡਾਂ ਦੇ ਵਿੱਚ ਜਾਂ ਦੂਰ ਦੁਰੇਡੇ ਥਾਵਾਂ ਦੇ ਵਿੱਚ ਰਹਿ ਗਈਆਂ, ਜਿੱਥੇ ਕਦੇ ਮੁਸਲਮਾਨਾਂ ਦੀ ਬਹੁਤ ਵਸੋਂ ਸੀ, ਪਰ ਹੌਲੇ ਹੌਲੇ ਸਮੇਂ ਦੇ ਨਾਲ ਉਹ ਵਸੋਂ ਪਾਕਿਸਤਾਨ ਹਿਜਰਤ ਕਰ ਗਈ ਅਤੇ ਪਿੱਛੇ ਸਿਰਫ ਰਹਿ ਗਿਆ ਮਸਜਿਦਾਂ ਦੇ ਖਾਲੀ ਸਥਾਨ। ਪਰ ਇਹ ਮਸਜਿਦਾਂ ਨੂੰ, ਇਹ ਇਬਾਦਤਗਾਹਾਂ ਨੂੰ ਬਹੁਤ ਹੀ ਅਦਬ ਦੇ ਨਾਲ ਸੰਭਾਲ ਕੇ ਰੱਖਿਆ ਸਾਡੇ ਉਹਨਾਂ ਲੋਕਾਂ ਨੇ ਜਿਹੜੇ ਕਿ ਉੱਥੋਂ ਦੇ ਆ ਕੇ ਵਸਨੀਕ ਬਣੇ ਜਾਂ ਉੱਥੋਂ ਦੇ ਪੁਰਾਣੇ ਰਹਿਣ ਵਾਲੇ ਸਨ, ਅਤੇ ਅੱਜ ਵੀ ਇਹਨਾਂ ਮਸਜਿਦਾਂ ਦੇ ਵਿੱਚ ਚਿਰਾਗ ਜਗਾਉਂਦੇ ਨੇ ਅਤੇ ਇਹ ਚਿਰਾਗ ਜਗਦੇ ਰਹਿਣਗੇ। ਆਓ ਵੇਖਦੇ ਹਾਂ ਮਸਜਿਦ ਦੇ ਅੰਦਰ ਕੀ ਹੈ, ਇਬਾਦਤਗਾਹ ਦੇ ਅੰਦਰ ਕੀ ਹੈ। ਜੋ ਸਾਨੂੰ ਪਤਾ ਲੱਗਾ ਹੈ ਕਿ ਇੱਥੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਤੁਸੀਂ ਦੇਖ ਸਕਦੇ ਹੋ ਕਿ ਸਮੇਂ ਦੇ ਮੁਤਾਬਿਕ ਇਹ ਖਰਾਬ ਨਾ ਹੋ ਜਾਵੇ, ਇਹਨੂੰ ਪੇਂਟ ਵੀ ਕੀਤਾ ਗਿਆ, ਇਹਦੇ 'ਤੇ ਜਿਹੜਾ ਹੈਗਾ ਕਲੀ ਵੀ ਕੀਤੀ ਗਈ, ਔਰ ਇਸ ਤੋਂ ਇਲਾਵਾ ਇੱਥੇ ਜਿਹੜਾ ਚਿਰਾਗ ਵੀ ਜਗਾਇਆ ਜਾਂਦਾ ਹੈ। ਆਓ ਚੱਲਦੇ ਹਾਂ, ਦੇਖਦੇ ਹਾਂ ਕਿੰਜਦਾ ਹੈ ਅੰਦਰੋਂ ਇਹ ਨਜ਼ਾਰਾ।